ਕਬੱਡੀ 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 ਗੱਲਾਂ ਹੋੜੀਆਂ ਨੇ ਜਦ ਜਾਇਟਡ ਬ੍ਰੰਟਨ ਦਾ ਵੀ ਮੇਲਾ ਹੋਇਆ ਲਓ ਵੇਖੋ ਸਾਹਮਣੇ ਕਬੱਡੀ ਪਾਉਣ ਦੇ ਲਈ ਗੱਭਰੂ ਸੁਲਤਾਨ ਅੱਗੇ ਨੂੰ ਵਧਦਾ ਹੋਇਆ ਲਓ ਸੁਲਤਾਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਜਣੇ ਖਣੇ ਦੇ ਵਸਦਾ ਨਹੀਂ ਇਹ ਕੰਮ ਕਬੱਡੀ ਦਾ ਸ਼ੇਰਾਂ ਵਰਗਾ ਰੱਖਣਾ ਪੈਂਦਾ ਦਾਮ ਕਬੱਡੀ ਦਾ ਸਿੱਖ ਲੈ ਰਾਜੇ ਉਸਤਾਦਾਂ ਕੋਲੋਂ ਭੇਜ ਕਬੱਡੀ ਦੇ ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਚ ਹੈ ਸ਼ਿੰਦਰ ਸਿੰਘਾਂ ਰੇਡ ਦੇ ਵੇਖ ਤੈਨੂੰ ਵੀ ਲੰਮਾ ਸਮਾਂ ਹੋ ਗਿਆ ਹੈ ਇਸ ਖਿਡਾਰੀ ਨੂੰ ਵੀ ਲੰਮਾ ਸਮਾਂ ਹੋ ਗਿਆ ਕਰਦੇ ਸੇਟ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਤਰਫੋਂ ਕਹਿੰਦੇ ਵੀ ਐਨ ਭਾਰੀ ਭਰਕਮ ਸਰੀਰ ਆ ਹੈਰੀਸ ਆ ਕਹਿੰਦੇ ਵੀ ਸੰਦੀਪ ਨਾਮ ਹੈ ਲੁੱਧੜ ਲੁੱਧੜ ਲੋਕੀ ਕਹਿੰਦੇ ਆ ਇੱਕ ਪਾਸੇ ਸ਼ਿੱਲੂ ਆ ਦੂਸਰੇ ਪਾਸੇ ਬਰੂਸਲੀ ਆ ਪਰ ਵੇਖਦੇ ਆਂ ਸਾਹਮਣੇ ਆ ਕਹਿੰਦੇ ਅਰਸ਼ਿਆ ਮਹਤੋਦ ਜਿਹੜਾ ਕਹਿੰਦੇ ਹੁਣ ਟਰਾਈ ਕਰਦਾ ਖੁੱਚ ਪੱਟੀ ਗਈ ਹੈ ਪੰਪ ਵੱਜਦੇ ਆਂ ਐਨ ਜਾਨ ਤੇ ਬਣੀਆਂ ਹੋਈਆਂ ਤੇ ਸਵਰਨਾ ਵੈਲੀ ਕੀ ਆਖਦਾ ਕਿ ਆ ਨਵੀਂ ਤਰਫੋਂ ਕਹਿੰਦੇ ਖੇਡ ਮੈਦਾਨ ਦੇ ਵਿੱਚ ਰਸ਼ੀਅਨ ਟੈਂਕ ਅਗੇ ਵੱਧਦਾ ਹੋਇਆ ਹਰਕਮਲ ਸਿੰਘ ਜੀ ਹੀਰ ਸਤਨਾਮ ਸਿੰਘ ਜੀ ਜੱਜ ਨਰਿੰਦਰ ਸਿੰਘ ਜੀ ਲੇਧੜ ਸੰਦੀਪ ਸਿੰਘ ਸੋਮਲ ਅਜਮੇਰ ਸਿੰਘ ਸੋਮਲ ਤੇ ਜਤਿੰਦਰ ਸਿੰਘ ਮਾਹਲ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਪੁੱਜਣ ਦੇ ਲਈ ਲਾਓ ਵੇਖੋ ਸਾਹਮਣੇ ਰਸ਼ੀਅਨ ਟੈਂਕ ਸਿੰਦਰ ਸਿੰਘ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਰ ਰਿਹਾ ਹੈ ਪਰ ਦੂਸਰੇ ਪਾਸੇ ਇਹਨੂੰ ਵਨ ਮੈਨ ਆਰਬੀ ਕਹਿੰਦੇ ਆ ਆਹ ਵੇਖੋ ਸਾਹਮਣੇ ਪੰਜਾਬ ਦਾ ਕੋਈ ਕੋਨਾ ਨਹੀਂ ਦੁਨੀਆ ਦਾ ਕੋਨਾ ਨਹੀਂ ਛੱਡਿਆ ਇਸ ਨੌਜਵਨ ਖਿਡਾਰੀ ਨੇ ਪਰ ਦਿੜਬਾ ਪਿੰਡ ਕਮਾਣਾ ਦਾ ਮੇਰਾ ਪੂਰਾ ਨਾਂ ਜਰਨੈਲ ਕੁੜੇ ਆਹ ਮਾਰ ਦਿਓ ਤਾੜੀਆਂ ਔਰ ਸਾਹਮਣੇ ਰਾਜੂ ਕੋਟਲੇ ਭੜੀਵਾਲਿਆ ਦੁੱਗਾਂ ਵਾਲਿਆ ਦੇਖ ਤੇਰੇ ਇਲਾਕੇ ਦਾ ਕੌਣ ਆ ਗਿਆ ਬੰਬ ਆ ਗਿਆ ਵੀ ਕਹਿੰਦੇ ਬੰਬ ਆ ਗਿਆ ਆਹ ਦਿੜਬੇ ਦਾ ਮਸਤ ਮਲੰਗਾ ਗਿਆ ਮਲੰਗ ਖਿਡਾਰੀ ਐ ਔਰ ਇਹ ਨੌਜਨ ਗੁਰੂ ਨੂੰ ਪਿਆਰ ਕਰਨ ਵਾਲਾ ਆਹ ਦੇਖੋ ਇੰਨਾ ਜੋਰ ਉਹ ਜੋਰ ਆਹ ਜੋਰ ਜੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡੇ ਇਹਦੇ ਵਿੱਚ ਹੁੰਦਾ ਮਖਣਾ ਹੋਰਾਂ ਦੀ ਤਰਫੋਂ ਗੋਗਾ ਗਹੂਣੀਆਂ ਹੋਰਾਂ ਦੀ ਤਰਫੋਂ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਲੁੱਦੜਵੀ ਪੈ ਰਹੀ ਹੈ ਉਹ ਸਾਹਮਣੇ ਉਹੀ ਹੋ ਗਿਆ ਕਹਿੰਦੇ ਵੀ ਜਿਹਦਾ ਡਰ ਸੀ ਇੱਕ ਪਾਸੇ ਕਹਿੰਦੇ ਸੰਦੀਪ ਔਰ ਦੂਸਰੇ ਪਾਸੇ ਸ਼ਿੱਲੂ ਮੁਕਾਬਲਾ ਸੀਪ ਸਿੰਘ ਜੀ ਪੰਡਾਲ ਦਾ लाडला ਪੁੱਤ ਹਰਮਨ ਬੁਲਟ ਗੁਰਪ੍ਰੀਤ ਛੋਕਰ ਮੇਰੀ ਪੀਰੀ ਆਸਟ੍ਰੇਲੀਆ ਵਾਲੇ ਮੈਲਬਰਨ ਵਾਲਿਆਂ ਦਾ ਬਹੁਤ ਚਾਹੀਤਾ ਖਿਡਾਰੀ ਹੈ ਔਰ ਸਿਆੜਾ ਸਾਹਿਬ ਔਰ ਗਰਨੇਕ ਸਿੰਘ ਇਹ ਲਿਸਨ ਸੌਣ ਮਿਲ ਗਿਆ ਇੰਡੀਅਨ ਸ਼ੇਰ ਆ ਗਿਆ ਔਰ ਇੰਡੀਅਨ ਸ਼ੇਰ ਆ ਗਿਆ ਔਰ ਸ਼ੇਰ ਦਾ ਨੱਕ ਮੁਰਗੀ ਦੀ ਲੱਤ ਇਹ ਯਾਰੋ ਫੜਨੇ ਸੌਕੇ ਨਹੀਂ ਰੋ ਜਿੱਤ ਗਈ ਤੇ ਫਾਈਨਲ ਖੇਡੂਗੀ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਨਾਮ ਹੋਰ ਕਿਹਦਾ ਸਨੈਰੀ ਕਰਕੇ ਲਿਖਿਆ ਜਾਊਗਾ ਇਹ ਸਮੇਂ ਨੇ ਫੈਸਲਾ ਕਰਨਾ ਖੇਡ ਕਬੱਡੀ ਮਹਾਨ ਹੈ ਸਮਾਂ ਬਲਵਾਨ ਹੈ ਔਰ ਤਗੜਾ ਰੇਡਰ ਹੈ ਆ ਦੜਵੇ ਵਾਲਾ ਲੁੱਦੜ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਮੈਟਰੋ ਦੀ ਟੀਮ ਦਾ ਆ ਦੂਸਰੇ ਪਾਸੇ ਸ਼ੀਲੂ ਸ਼ੀਲੂ ਤੇ ਲੁੱਦੜ ਸ਼ੀਲੂ ਤੇ ਲੁੱਦੜ ਆ ਵਈ ਦੀਆਂ ਖੇਚਾ ਸੱਜੇ ਠੱਪੇ ਕਬੱਡੀ 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 ਹੇ 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 ਇਹ ਕਹਿੰਦੇ ਸਵਾਦ ਆ ਗਿਆ ਵੀ ਸਵਾਦ ਆ ਗਿਆ ਸਰਦੂਲ ਸਿੰਘ ਜੀ ਸਿਆੜਾ ਕਹਿੰਦੇ ਸਵਾਦ ਆ ਗਿਆ ਤੇ ਹੈਰੀ ਕਰੂ ਗੱਲ ਕਬੱਡੀ ਹੋ ਗਈ ਕਬੱਡੀ ਦੇ ਸਦੀਪ ਸੁਲਤਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧ ਗਿਆ ਅੱਗੇ ਨੂੰ ਐਨ ਬਰਾਬਰੀ ਦੇ ਉੱਤੇ ਦੇਖਾਂਗੇ ਵੀ ਚੱਲਦਾ ਹੋਇਆ ਮੈਚ ਹੈ ਪਰ ਹੁਣ ਕਹਿੰਦਾ ਮੈਨੂੰ ਛੱਡੋ ਆ ਲੋਕਾਂ ਨੇ ਹੁਣ ਵੇਖਦਾ ਵੀ ਆਹ ਪੁਆਇੰਟ ਦੇ ਉੱਤੇ ਸੁਲਤਾਨ ਲਈ ਸਾਡੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਖਸ਼ੀਤਾ ਪੁੱਜਦੀਆਂ ਜਾ ਰਹੀਆਂ ਨੇ ਹਰਦੀਪ ਗਰੇਵਲ ਸਾਹਿਬ ਸਾਰੀਆਂ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਵਾਗਤ ਕਰਦੇ ਹਾਂ ਇਧਰ ਪਾਸੇ ਖੇਡ ਕਬੱਡੀ ਪਾਲੀ ਪਟਿਆਲੇ ਵਾਲਾ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ 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 ਆ ਨੌਜਵਾਨ ਮਹਤੋਦ ਪਰਿਵਾਰ ਦਾ ਅਰਸ਼ ਕੋਸ਼ਿਸ਼ ਕਰਦਾ ਹੋਇਆ ਆ ਕਮਾਲ ਹੋਈ ਪਈ ਦੋ ਖਿਡਾਰੀਆਂ ਦੇ ਦਰਮਿਆਨ ਐਨ ਜੱਪਾ 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 ਚਰਖਾ ਚੱਲਣ ਵਾਲੀ ਗੱਲ ਕਮਾਲ ਕਰਦੇ ਹੋਏ ਦੋ ਖਿਡਾਰੀ ਐਨ ਯੂ ਦੇ ਹੋਏ ਕਬੱਡੀ 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 ਵਾ ਬੈਂਸਾ ਨਹੀਂ ਕਰੇਗਾ ਸਾਹ ਬੈਂਸਾ ਉਂਗਲੀ ਘੁੰਮਦੀ ਹੈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ